ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਨਿਊਟ੍ਰੀਸ਼ਨਿਸਟ ਕਮਲਦੀਪ ਸਿੰਘ ਔਜਲਾ ਇਰੂਡਾਈਟ ਨਿਊਟ੍ਰੀਸ਼ਨ ਤੋਂ, ਅਤੇ ਅੱਜ ਆਪਾਂ ਗੱਲ ਕਰਾਂਗੇ ਅਨਾਜ ਬਾਰੇ ਕਿ ਡਾਇਬਟਿਕ ਲੋਕ ਕਿਹੜਾ ਅਨਾਜ ਲੈ ਸਕਦੇ ਆ, ਕਿਹੜੇ ਅਨਾਜ ਦੇ ਗਰੁੱਪ, ਜਿਹੜੇ ਅਨਾਜ ਦੇ ਗਰੁੱਪ ਵਿੱਚ ਆਉਣ ਵਾਲਾ ਅਨਾਜ ਕਿਹੜਾ ਸਾਡੇ ਲਈ ਸੇਫ ਆ, ਕਿਹੜਾ ਸਾਡੇ ਲਈ ਸੇਫ ਨਹੀਂ ਹੈਗਾ। ਅੱਜ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਉੱਪਰ ਗੱਲ ਕਰਾਂਗੇ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਕੁਝ ਚੀਜ਼ਾਂ ਤੁਹਾਨੂੰ ਸਮਝਾਉਣਾ ਚਾਹੁੰਦਾ ਆ। ਆਪਾਂ ਕੰਪਲੈਕਸ ਕਾਰਬੋਹਾਈਡਰੇਟ ਤੇ ਸਿੰਪਲ ਕਾਰਬੋਹਾਈਡਰੇਟ ਬਾਰੇ ਗੱਲ ਕਰ ਚੁੱਕੇ ਹਾਂ ਪਿਛਲੀ ਵੀਡੀਓਜ਼ ਦੇ ਵਿੱਚ, ਜੇ ਤੁਸੀਂ ਨਹੀਂ ਦੇਖੀਆਂ ਪਲੀਜ਼ ਉਹਨਾਂ ਨੂੰ ਜ਼ਰੂਰ ਦੇਖੋ। ਦੂਸਰੇ ਨੰਬਰ ਤੇ ਅਸੀਂ ਫਾਈਬਰ ਬਾਰੇ ਵੀ ਗੱਲ ਕਰ ਚੁੱਕੇ ਹਾਂ, ਫਾਈਬਰ ਵਾਲਾ ਗ੍ਰੇਨ ਤੇ ਘੱਟ ਫਾਈਬਰ, ਜ਼ਿਆਦਾ ਫਾਈਬਰ ਤੇ ਘੱਟ ਫਾਈਬਰ ਵਾਲਾ ਗ੍ਰੇਨ, ਉਹਦਾ ਇਫੈਕਟ ਵੀ ਅਸੀਂ ਬਲੱਡ ਗਲੂਕੋਜ਼ ਦੇ ਉੱਤੇ ਪਿਛਲੀ ਵੀਡੀਓਜ਼ 'ਚ ਦੇਖ ਚੁੱਕੇ ਹਾਂ, ਠੀਕ ਹੈ। ਸੋ ਇਸੇ ਤੋਂ ਹੁਣ ਆਪਾਂ ਅੱਗੇ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਕੁਝ ਚੀਜ਼ਾਂ ਜਾਣਕਾਰੀ ਵਾਸਤੇ ਦੱਸਣਾ ਚਾਹੁੰਦਾ। ਦੇਖੋ, ਜੋ ਅਨਾਜ ਸਭ ਤੋਂ ਜ਼ਿਆਦਾ ਅਸੀਂ ਯੂਜ਼ ਕਰਦੇ ਹਾਂ ਅੱਜ ਦੀ ਡੇਟ ਦੇ ਵਿੱਚ, ਉਹ ਹੈਗਾ ਕਣਕ। ਕਣਕ ਦਾ ਜੋ ਬੀ ਅੱਜ ਦੀ ਡੇਟ 'ਚ ਅਸੀਂ ਖਾ ਰਹੇ ਹਾਂ, ਅੱਜ ਤੋਂ 50 ਸਾਲ ਪਹਿਲਾਂ ਉਹ ਕਣਕ ਨਹੀਂ ਲੋਕ ਖਾਂਦੇ ਹੁੰਦੇ ਸੀ। ਜਦੋਂ ਸਾਡੇ ਦੇਸ਼ ਵਿੱਚ ਹਰੀ ਕ੍ਰਾਂਤੀ ਹੋਈ ਆ ਤੇ ਅਸੀਂ ਬਾਹਰੋਂ ਹਾਈਬ੍ਰਿਡ ਬੀ ਮੰਗਵਾ ਕੇ ਬੀਜਣਾ ਸ਼ੁਰੂ ਕਰ ਦਿੱਤਾ। ਇਹ ਹਾਈਬ੍ਰਿਡ ਬੀ ਅਮਰੀਕਾ ਦੇ ਵਿੱਚ ਕਿਉਂ ਤਿਆਰ ਕੀਤਾ ਗਿਆ ਸੀ? ਕਿਉਂਕਿ ਇਹਦੀ ਪੈਦਾਵਾਰ ਜ਼ਿਆਦਾ ਸੀ, ਇਹ ਬਿਮਾਰੀਆਂ ਤੋਂ ਬਚਿਆ ਰਹਿੰਦਾ ਸੀ, ਡਿਜ਼ੀਜ਼ ਰੈਸਿਸਟੈਂਟ ਸੀਗਾ, ਇਹਨੂੰ ਛੇਤੀ ਬਿਮਾਰੀ ਨਹੀਂ ਸੀ ਕੋਈ ਲੱਗਦੀ ਹੁੰਦੀ। ਇਸ ਤੋਂ ਇਲਾਵਾ ਇਹ ਪਾਣੀ ਦੀ ਮਾਤਰਾ ਇਹਨੂੰ ਘੱਟ ਲੱਗਦੀ ਸੀ। ਜ਼ਿਆਦਾ ਸਖਤ ਟੈਂਪਰੇਚਰ ਦੇ ਉੱਤੇ, ਜ਼ਿਆਦਾ ਤੇਜ਼ ਧੁੱਪ, ਗਰਮੀਆਂ ਦੇ ਵਿੱਚ ਵੀ ਇਹ ਫਸਲ ਜਿਹੜੀ ਆ ਉਹ ਖਰਾਬ ਨਹੀਂ ਸੀ ਹੁੰਦੀ। ਫਸਲ ਦਾ ਬੂਟਾ ਛੋਟਾ ਹੁੰਦਾ ਸੀ, ਇਹਨੂੰ ਅਸੀਂ ਡਵਾਰਫ ਵਰਾਇਟੀ ਕਹਿੰਦੇ ਹਾਂ, ਪੁਰਾਣੀਆਂ ਫਸਲਾਂ ਦੇ ਬੂਟੇ ਵੱਡੇ ਹੁੰਦੇ ਸੀ। ਸੋ ਇਹ ਹਾਈਬ੍ਰਿਡ ਸੀਡ ਸੀਗਾ, ਬਣਾਇਆ ਤਾਂ ਇਸ ਵਾਸਤੇ ਗਿਆ ਸੀ ਤਾਂ ਕਿ ਅਸੀਂ ਦੁਨੀਆ 'ਚ ਜਿਹੜੀ ਭੁੱਖਮਰੀ ਦੀ ਪ੍ਰੋਬਲਮ ਆ ਜਾਂ ਲੋਕਾਂ ਨੂੰ ਖਾਣ ਲਈ ਅਨਾਜ ਹੈ ਨੀਗਾ, ਉਹਨੂੰ ਪੂਰਾ ਕਰ ਸਕੀਏ। ਲੇਕਿਨ ਇਹਨੂੰ ਤਿਆਰ ਕਰਨ ਤੋਂ ਬਾਅਦ ਇਹਦੇ ਉੱਤੇ ਪ੍ਰੋਪਰ ਰਿਸਰਚ ਨਹੀਂ ਕੀਤੀ ਗਈ ਤੇ ਇਹਨੂੰ ਡਾਇਰੈਕਟਲੀ ਹੀ ਮਾਰਕੀਟ ਦੇ ਵਿੱਚ ਲਾਂਚ ਕਰ ਦਿੱਤਾ ਗਿਆ। ਡਾਇਰੈਕਟ ਹੀ ਇਹਦੀ ਬਿਜਾਈ ਜਿਹੜੀ ਆ ਉਹ ਸ਼ੁਰੂ ਹੋ ਗਈ। ਇਹਦੇ ਉੱਤੇ ਕੋਈ ਕਲੀਨਿਕਲ ਟੈਸਟਿੰਗ ਅਸੀਂ ਲੌਂਗ ਟਰਮ ਕਰਕੇ ਉਹਦਾ ਕੋਈ ਰਿਜ਼ਲਟ ਨਹੀਂ ਕੱਢਿਆ ਵੀ ਇਹ ਸੇਫ ਹੈ ਜਾਂ ਨਹੀਂ। ਉਹੀ ਵੀ ਹਰੀ ਕ੍ਰਾਂਤੀ ਤੋਂ ਬਾਅਦ ਸਾਡੇ ਇੰਡੀਆ ਦੇ ਵਿੱਚ ਆ ਗਿਆ। ਅੱਜ ਪੂਰੀ ਦੁਨੀਆ ਦੇ ਵਿੱਚ ਬੀਜੇ ਜਾਣ ਵਾਲਾ 99% ਬੀ ਕਣਕ ਦਾ ਉਹ ਹਾਈਬ੍ਰਿਡ ਆ। ਇਹ ਸਾਰੀਆਂ ਗੱਲਾਂ ਮੈਂ ਤੁਹਾਨੂੰ ਕਿਉਂ ਦੱਸ ਰਿਹਾ? ਕਿਉਂਕਿ ਕਣਕ ਤੇ ਹਾਈਬ੍ਰਿਡ ਬੀ ਦੇ ਵਿੱਚ ਫਾਈਬਰ ਦੀ ਮਾਤਰਾ ਘੱਟ ਆ, ਠੀਕ ਹੈ, ਤੇ ਇਹ ਬਹੁਤ ਜਲਦੀ ਤੁਹਾਡੀ ਬੋਡੀ ਵਿੱਚ ਜਾ ਕੇ ਤੇ ਤੁਹਾਡੇ ਬਲੱਡ ਗਲੂਕੋਜ਼ ਲੈਵਲ ਨੂੰ ਉੱਚਾ ਚੁੱਕ ਦਿੰਦਾ ਆ, ਜੋ ਕਿ ਸਾਡੇ ਲਈ ਹਾਨੀਕਾਰਕ ਆ। ਅਸੀਂ ਹੁਣ ਤੱਕ ਆਹੀ ਗੱਲ ਕਰਦੇ ਆਏ ਹਾਂ, ਠੀਕ ਹੈ, ਕਿ ਬਲੱਡ ਗਲੂਕੋਜ਼ ਲੈਵਲ ਨੂੰ ਉੱਪਰ ਆਪਾਂ ਜ਼ਿਆਦਾ ਨਹੀਂ ਜਾਣ ਦੇਣਾ। ਹੁਣ ਸਵੇਰੇ ਕਣਕ ਦੀ ਰੋਟੀ, ਦੁਪਹਿਰੇ ਕਣਕ ਦੀ ਰੋਟੀ, ਰਾਤ ਨੂੰ ਕਣਕ ਦੀ ਰੋਟੀ, ਸਵੇਰੇ ਬ੍ਰੈਡ, ਸ਼ਾਮੀ ਬ੍ਰੈਡ, ਇਹ ਸਾਰੀਆਂ ਕਣਕ, ਮੈਦੇ ਤੇ ਸੂਜੀ ਵਾਲੀਆਂ ਚੀਜ਼ਾਂ ਖਾ ਖਾ ਕੇ, ਸਵੇਰ ਤੋਂ ਲੈ ਕੇ ਰਾਤ ਤੱਕ ਇੰਨੀ ਜ਼ਿਆਦਾ ਕਣਕ ਖਾਣ ਦੇ ਕਾਰਨ ਹੀ ਅੱਜ ਸਾਨੂੰ ਸ਼ੂਗਰ, ਹਾਰਟ ਦੀਆਂ ਬਿਮਾਰੀਆਂ ਤੇ ਮੋਟਾਪੇ ਵਰਗੀਆਂ ਬਿਮਾਰੀਆਂ ਦੇ ਨਾਲ ਜੂਝਣਾ ਪੈ ਰਿਹਾ ਹੈ। ਸਿਰਫ ਤੇ ਸਿਰਫ ਅਗਰ ਅਸੀਂ ਕਣਕ ਨੂੰ ਆਪਣੇ ਖਾਣੇ ਚੋਂ ਬਾਹਰ ਕਰ ਦਈਏ ਤੇ ਅਸੀਂ ਇਸ ਪ੍ਰੋਬਲਮ ਤੋਂ ਕਾਫੀ ਹੱਦ ਤੱਕ ਬਚ ਸਕਦੇ ਹਾਂ। ਪੂਰੀ ਤਰ੍ਹਾਂ ਬਾਹਰ ਕਰਨਾ ਵੀ ਅਗਰ ਮੁਸ਼ਕਲ ਹੈ ਤੇ ਇਹਨੂੰ ਕਮ ਸੇ ਕਮ ਅਸੀਂ ਘਟਾ ਤਾਂ ਜ਼ਰੂਰ ਸਕਦੇ ਹਾਂ, ਠੀਕ ਹੈ। ਸੋ ਪਹਿਲੇ ਨੰਬਰ ਤੇ ਅਨਾਜ ਦੇ ਵਿੱਚ ਕਣਕ ਸਾਨੂੰ ਨਹੀਂ ਲੈਣੀ ਚਾਹੀਦੀ ਅਗਰ ਆਪਾਂ ਡਾਇਬਟਿਕ ਆ। ਦੂਸਰੇ ਨੰਬਰ ਦੇ ਉੱਪਰ ਆ ਜਾਂਦੇ ਆ ਜੀ ਚਿੱਟੇ ਚਾਵਲ। ਦੇਖੋ, ਚਿੱਟਾ ਚਾਵਲ ਜਦੋਂ ਆਪਣਾ ਚਾਵਲ ਬਣਦਾ ਆ, ਚਾਵਲ ਜਦੋਂ ਕੱਢਿਆ ਜਾਂਦਾ ਆ ਤੇ ਇਹ ਪੋਲਿਸ਼ ਹੋਣ ਤੋਂ ਪਹਿਲਾਂ ਇਹਦਾ ਕਲਰ ਚਿੱਟਾ ਨਹੀਂ ਹੁੰਦਾ, ਇਹਦਾ ਕਲਰ ਹਲਕਾ ਪੀਲਾ ਜਾਂ ਹਲਕਾ ਲਾਲ ਜਾਂ ਬਰਾਊਨ ਕਲਰ ਦਾ ਹੁੰਦਾ ਆ। ਲੇਕਿਨ ਮਿੱਲ ਦੇ ਵਿੱਚ ਕੀ ਹੁੰਦਾ ਆ ਵੀ ਇਹਨੂੰ ਪੋਲਿਸ਼ਿੰਗ ਕਰਨ ਦੇ ਚੱਕਰ ਦੇ ਵਿੱਚ ਉਹ ਇਹਦਾ ਛਿਲਕਾ, ਜਦੋਂ ਅਸੀਂ ਹਸਕ ਕਹਿੰਦੇ, ਉਹ ਵੀ ਰਿਮੂਵ ਕਰ ਦਿੰਦੇ। ਉਹਦੇ ਨਾਲ ਹੀ ਕਾਫੀ ਸਾਰਾ ਫਾਈਬਰ ਉਸ ਪੋਲਿਸ਼ਿੰਗ ਚ ਡਿਸਟਰੋਏ ਹੁੰਦਾ ਤੇ ਕਾਫੀ ਸਾਰੇ ਬੀ ਵਿਟਾਮਿਨ ਜਿਹੜੇ ਉਹਦੇ ਵਿੱਚ ਮੌਜੂਦ ਨੇ ਉਹ ਵੀ ਸਾਰੇ ਡਿਸਟਰੋਏ ਹੋ ਜਾਂਦੇ ਆ, ਜਿਹਦੇ ਕਰਕੇ ਜੋ ਐਂਡ ਪ੍ਰੋਡਕਟ ਸਾਨੂੰ ਮਿਲਦਾ ਉਹ ਸਫੇਦ ਤਾਂ ਜ਼ਰੂਰ ਹੁੰਦਾ ਆ, ਰੰਗ ਦਾ ਤਾਂ ਬਹੁਤ ਵਧੀਆ ਆ, ਲੇਕਿਨ ਉਹਦੇ 'ਚ ਫਾਈਬਰ ਹੈ ਨਹੀਂ, ਜਿਹਦੇ ਕਾਰਨ ਹੀ ਜਿਹੜਾ ਚਾਵਲ ਆ ਉਹ ਤੁਹਾਡੇ ਬਲੱਡ ਸ਼ੂਗਰ ਲੈਵਲ ਨੂੰ ਬਹੁਤ ਵਧਾ ਦਿੰਦਾ ਆ ਤੇ ਸ਼ੂਗਰ ਪੇਸ਼ੈਂਟ ਨੂੰ ਚਾਵਲ ਨਹੀਂ ਖਾਣੇ ਚਾਹੀਦੇ, ਠੀਕ ਹੈ। ਤੀਸਰੇ ਨੰਬਰ ਦੇ ਉੱਤੇ ਜਿਸ ਅਨਾਜ ਬਾਰੇ ਆਪਾਂ ਗੱਲ ਕਰਾਂਗੇ, ਬਹੁਤ ਘੱਟ ਲੋਕਾਂ ਨੂੰ ਇਸ ਚੀਜ਼ ਦਾ ਪਤਾ ਆ। ਮੱਕੀ ਜਾਂ ਮੱਕੀ ਦਾ ਬਣਿਆ ਹੋਇਆ ਕੋਈ ਵੀ ਪ੍ਰੋਡਕਟ, ਮੱਕੀ ਦੇ ਦਾਣੇ, ਛੱਲੀ ਜਾਂ ਮੱਕੀ ਦਾ ਆਟਾ, ਮੱਕੀ ਦਾ ਦਲੀਆ, ਕੋਈ ਵੀ ਮੱਕੀ ਦੀ ਬਣੀ ਹੋਈ ਚੀਜ਼ ਸਾਡੀ ਸ਼ੂਗਰ ਵਾਸਤੇ ਬਹੁਤ ਹੀ ਖਤਰਨਾਕ ਹੈ। ਸਾਨੂੰ ਹਰ ਹਾਲਤ ਦੇ ਵਿੱਚ ਇਹਨੂੰ ਅਵੋਇਡ ਕਰਨਾ ਚਾਹੀਦਾ ਹੈ। ਮੱਕੀ ਜਾਂ ਮੱਕੀ ਦਾ ਕੋਈ ਵੀ ਬਣਿਆ ਹੋਇਆ ਪ੍ਰੋਡਕਟ ਸਾਨੂੰ ਬਿਲਕੁਲ ਨਹੀਂ ਲੈਣਾ ਚਾਹੀਦਾ, ਠੀਕ ਹੈ। ਇਹਦੇ ਵਿੱਚ ਬਹੁਤ ਜ਼ਿਆਦਾ ਮਾਤਰਾ 'ਚ ਸਟਾਰਚ ਪ੍ਰੈਜੈਂਟ ਹੁੰਦੀ ਹੈ, ਜੋ ਸਟਾਰਚ ਬੜੀ ਜਲਦੀ ਬਲੱਡ ਗਲੂਕੋਜ਼ ਦੇ ਵਿੱਚ ਕਨਵਰਟ ਹੋ ਕੇ ਤੇ ਸਾਡਾ ਬਲੱਡ ਗਲੂਕੋਜ਼ ਲੈਵਲ ਨੂੰ ਹਾਈ ਕਰ ਦਿੰਦੀ ਹੈ। ਫਿਰ ਇਹਨਾਂ ਸਾਰੇ ਚੀਜ਼ਾਂ ਦੇ ਬਦਲੇ ਸਾਨੂੰ ਲੈਣਾ ਕੀ ਚਾਹੀਦਾ ਆ? ਹੁਣ ਇਸੇ ਉੱਪਰ ਆ ਜਾਈਏ। ਦੇਖੋ, ਸਭ ਤੋਂ ਵਧੀਆ ਚੀਜ਼ ਅਗਰ ਤੁਸੀਂ ਆਪਣੇ ਲਈ ਕਰ ਸਕਦੇ ਹਾਂ, ਜੇ ਤੁਸੀਂ ਡਾਇਬਟਿਕ ਆ, ਸਭ ਤੋਂ ਵਧੀਆ ਅਨਾਜ ਜਿਹੜਾ ਤੁਹਾਡੇ ਲਈ ਇਸ ਟਾਈਮ ਮੌਜੂਦ ਆ ਉਹ ਹੈਗਾ ਆ ਬਾਜਰਾ।
ਬਾਜਰਾ ਇਸ ਟਾਈਮ ਸਭ ਤੋਂ ਵਧੀਆ ਅਵੇਲੇਬਲ ਸੋਰਸ ਆ ਤੁਹਾਡੇ ਕੋਲ ਅਨਾਜ ਵਾਸਤੇ। ਤੁਸੀਂ ਬਾਜਰੇ ਦੀ ਰੋਟੀ ਖਾ ਸਕਦੇ ਆ, ਤੁਸੀਂ ਬਾਜਰੇ ਦਾ ਦਲੀਆ ਖਾ ਸਕਦੇ ਆ। ਹਾਂ, ਹੋ ਸਕਦਾ ਤੁਹਾਨੂੰ ਬਾਜਰਾ ਥੋੜਾ ਲੱਭਣ 'ਚ ਦਿੱਕਤ ਆਏ, ਲੇਕਿਨ ਮਿਲ ਜਾਂਦਾ ਆ, ਲੱਭੋਗੇ ਤਾਂ ਤੁਹਾਨੂੰ ਜ਼ਰੂਰ ਮਿਲ ਜਾਏਗਾ। ਬਾਜਰੇ ਦੀ ਖਾਸੀਅਤ ਕੀ ਹੈ? ਦੇਖੋ, ਪਹਿਲੀ ਚੀਜ਼ ਤਾਂ ਇਹ ਆ ਵੀ ਹਜੇ ਤੱਕ ਬਾਜਰਾ ਜਿਹੜਾ ਆ ਉਹ ਕੰਪਨੀਆਂ ਦੇ ਹੱਥ 'ਚ ਨਹੀਂ ਲੱਗਾ। ਜਿਸ ਦਿਨ ਲੱਗ ਗਿਆ, ਉਹਨਾਂ ਨੇ ਉਹਨੂੰ ਵੀ ਕੋਈ ਐਸਾ ਪ੍ਰੋਸੈਸ ਦੇ ਥਰੂ ਉਹਦੀਆਂ ਬਾਜਰੇ ਦੀਆਂ ਚੀਜ਼ਾਂ ਵੀ ਬਣਾਉਣੀਆਂ ਸ਼ੁਰੂ ਕਰ ਦੇਣੀਆਂ ਆ, ਜਿਹੜੀਆਂ ਉਦੋਂ ਸਾਡੇ ਲਈ ਲੈਣੀਆਂ ਹਾਨੀਕਾਰਕ ਹੋਣਗੀਆਂ। ਠੀਕ ਹੈ, ਅੱਜ ਜਿਹੜਾ ਬਾਜਰਾ ਸੇਫ ਆ, ਜੇ ਕੱਲ ਨੂੰ ਕੰਪਨੀ ਵਾਲਿਆਂ ਦੇ ਹੱਥ ਲੱਗ ਜਾਂਦਾ ਆ ਤੇ ਮੈਂ ਉਹਦੀ ਕੋਈ ਗਾਰੰਟੀ ਦੇ ਨਹੀਂ ਸਕਦਾ, ਪਰ ਹਜੇ ਵਾਸਤੇ ਬਾਜਰਾ ਲੈਣਾ ਤੁਹਾਡੇ ਲਈ ਬਿਲਕੁਲ ਸੇਫ ਆ। ਹਾਈ ਫਾਈਬਰ ਆ ਤੇ ਕੰਪਲੈਕਸ ਕਾਰਬੋਹਾਈਡਰੇਟ ਆ, ਦੋਵੇਂ ਹੀ ਚੀਜ਼ਾਂ ਸਾਡੀ ਸ਼ੂਗਰ ਨੂੰ ਸਟੇਬਲ ਰੱਖਦੀਆਂ ਨੇ। ਦੇਖੋ, ਬਾਜਰਾ ਖਾਣ ਦਾ ਇੱਕ ਹੋਰ ਫਾਇਦਾ ਜਿਹੜਾ ਸਭ ਤੋਂ ਵਧੀਆ ਸਾਨੂੰ ਸਾਹਮਣੇ ਮਿਲਦਾ ਹੈ ਉਹ ਇਹ ਹੈ ਵੀ ਜਦੋਂ ਅਸੀਂ ਬਾਜਰਾ ਖਾਂਦੇ ਹਾਂ ਤੇ ਸਾਡੇ ਅੰਤੜੀਆਂ ਦੇ ਵਿੱਚ ਜੋ ਬੈਕਟੀਰੀਆ, ਜੋ ਗੁੱਡ ਬੈਕਟੀਰੀਆ ਹੈ, ਜਦੋਂ ਉਸ ਬਾਜਰੇ ਨੂੰ ਪਚਾਉਂਦਾ ਹੈ, ਉਹਨੂੰ ਤੋੜਦਾ ਹੈ, ਤੇ ਉਹ ਕਾਫੀ ਸਾਰੇ ਐਂਟੀ ਇਨਫਲਾਮੇਟਰੀ ਕੰਪਾਊਂਡ ਛੱਡਦਾ ਹੈ। ਐਂਟੀ ਇਨਫਲਾਮੇਟਰੀ ਕੰਪਾਊਂਡਸ ਦਾ ਮਤਲਬ ਉਹ ਹੈ ਕਿ ਉਹ ਕੰਪਾਊਂਡ ਜਿਹੜੇ ਸਾਡੀ ਬਾਡੀ ਦੇ ਵਿੱਚ ਆ ਕੇ ਸਾਡੀ ਇਨਫਲਾਮੇਸ਼ਨ, ਯਾਨੀ ਕਿ ਸਾਡੇ ਸਰੀਰ ਦੇ ਵਿੱਚ ਜਿਹੜੀ ਸੋਜਿਸ਼ ਆ ਜਾਂ ਜਲਨ ਆ ਜਾਂ ਸਾਡੇ ਸਰੀਰ ਦੇ ਵਿੱਚ ਜਿਹੜੀਆਂ ਖਰਾਬੀਆਂ ਆਉਂਦੀਆਂ ਉਹਨੂੰ ਘਟਾਉਂਦਾ ਹੈ। ਸੋ ਨਾ ਸਿਰਫ ਬਾਜਰਾ ਜਿਹੜਾ ਹੈ ਉਹ ਸਾਡੇ ਬਲੱਡ ਸ਼ੂਗਰ ਲੈਵਲ ਨੂੰ ਸਟੇਬਲ ਕਰਦਾ, ਬਲਕਿ ਸਾਡੇ ਬਾਡੀ ਚੋਂ ਇਨਫਲਾਮੇਸ਼ਨ ਨੂੰ ਘਟਾਉਂਦਾ ਵੀ ਹੈ। ਇਨਫਲਾਮੇਸ਼ਨ ਘਟਣ ਦੇ ਨਾਲ ਘੱਟ ਮੈਡੀਸਨ ਡੋਜ਼ ਦੇ ਉੱਪਰ ਵੀ ਤੁਹਾਡੀ ਬਾਡੀ ਅੱਛੇ ਤਰੀਕੇ ਨਾਲ ਰਿਐਕਟ ਕਰਦੀ ਹੈ, ਤੁਹਾਡਾ ਖਾਣਾ ਵਧੀਆ ਤਰੀਕੇ ਨਾਲ ਡਾਈਜੈਸਟ ਹੁੰਦਾ ਤੇ ਮਾਮੂਲੀ ਜਿਹੜੀ ਗੋਡਿਆਂ ਦੀ ਜਾਂ ਮੋਢਿਆਂ ਦੀ ਜਿਹੜੀ ਦਰਦ ਆ ਉਹ ਵੀ ਸਾਡੀ ਖਤਮ ਹੋ ਜਾਂਦੀ ਹੈ, ਜੇ ਅਗਰ ਅਸੀਂ ਇਨਫਲਾਮੇਸ਼ਨ ਨੂੰ ਘਟਾਉਂਦੇ। ਤੇ ਬਾਜਰਾ ਉਸੇ ਇਨਫਲਾਮੇਸ਼ਨ ਨੂੰ ਘਟਾਉਣ 'ਚ ਸਾਡੀ ਮਦਦ ਕਰਦਾ ਹੈ। ਠੀਕ ਹੈ ਜੀ। ਸੋ ਇਸ ਤੋਂ ਅਗਲਾ ਕਿਹੜਾ ਅਨਾਜ ਜਿਹੜਾ ਅਸੀਂ ਲੈ ਸਕਦੇ ਉਹ ਹੈਗਾ ਚਿੱਟੇ ਚਾਵਲ ਦਾ ਬਦਲ, ਬਰਾਊਨ ਰਾਈਸ, ਯਾਨੀ ਭੂਰੇ ਚਾਵਲ। ਦੇਖੋ, ਬਰਾਊਨ ਰਾਈਸ ਹੁਣ ਤਾਂ ਬਹੁਤ ਆਸਾਨੀ ਨਾਲ ਤੁਹਾਨੂੰ ਮਾਰਕੀਟ ਦੇ ਵਿੱਚ ਮਿਲ ਜਾਂਦਾ ਹੈ। ਠੀਕ ਹੈ, ਪ੍ਰਾਈਸ ਥੋੜੀ ਇਹਦੀ ਵਾਈਟ ਰਾਈਸ ਨਾਲੋਂ ਹਾਈ ਹੁੰਦੀ ਹੈ, ਲੇਕਿਨ ਬੀ ਕੰਪਲੈਕਸ ਵਿਟਾਮਿਨ ਇਹਦੇ ਵਿੱਚ ਜ਼ਿਆਦਾ ਨੇ, ਫਾਈਬਰ ਇਹਦੇ ਵਿੱਚ ਜ਼ਿਆਦਾ ਆ, એનર્ਜੀ ਇਹਦੇ ਵਿੱਚ ਉਨੀ ਹੈ। ਸੋ ਇਸ ਕਰਕੇ ਬਰਾਊਨ ਰਾਈਸ ਖਾਣ ਦੇ ਨਾਲ ਸਾਡਾ ਬਲੱਡ ਸ਼ੂਗਰ ਲੈਵਲ ਠੀਕ ਰਹਿੰਦੇ ਆ। ਜਦੋਂ ਵੀ ਅਸੀਂ ਕੋਈ ਚੀਜ਼ ਫਾਈਬਰ ਸਮੇਤ ਖਾਵਾਂਗੇ ਨਾ, ਉਹ ਹਮੇਸ਼ਾ ਸਾਡੇ ਬਲੱਡ ਸ਼ੂਗਰ ਲੈਵਲ ਲਈ ਵਧੀਆ ਹੀ ਕੰਮ ਕਰੇਗੀ। ਠੀਕ ਹੈ। ਸੋ ਇਸ ਤੋਂ ਇਲਾਵਾ ਤੁਸੀਂ ਦੇਖੋ, ਜੌਂ ਦਾ ਦਲੀਆ ਜਾਂ ਜੌਂ ਦਾ ਆਟਾ ਵੀ ਕੰਜ਼ਿਊਮ ਕਰ ਸਕਦੇ ਆ। ਸਭ ਤੋਂ ਵਧੀਆ ਚੀਜ਼ ਮੈਂ ਅਗਰ ਸਲਾਹ ਤੁਹਾਨੂੰ ਦਵਾਂ ਤੇ ਤੁਸੀਂ ਕਣਕ ਦੀ ਮਾਤਰਾ ਨੂੰ ਜੇ ਬਿਲਕੁਲ ਬੰਦ ਨਹੀਂ ਕਰ ਸਕਦੇ ਤੇ ਕਣਕ ਦੀ ਮਾਤਰਾ ਨੂੰ ਘਟਾ ਕੇ ਆਪਣੀ ਰੋਟੀ 'ਚ ਜੌਂ ਦਾ ਤੇ ਬਾਜਰੇ ਦਾ ਆਟਾ ਐਡ ਕਰਨਾ ਸ਼ੁਰੂ ਕਰੋ। ਲਾਸਟ ਪ੍ਰੋਡਕਟ ਜਿਹੜਾ ਡਾਇਬਟਿਕ ਫਰੈਂਡਲੀ ਆ ਅਨਾਜ ਦੇ ਵਿੱਚ, ਉਹ ਹੈਗਾ ਆ ਓਟਸ। ਦੇਖੋ, ਓਟਸ ਤਿੰਨ ਤਰ੍ਹਾਂ ਦੇ ਆ, ਇੱਕ ਰੋਲਡ ਆ, ਇੱਕ ਸਟੀਲ ਕੱਟ ਓਟਸ ਆ, ਤੇ ਇੱਕ ਜਿਹੜੇ ਆਮ ਸਾਨੂੰ ਪੈਕਟ ਦੇ ਵਿੱਚ ਓਟਸ ਮਿਲਦੇ ਆ, ਜੋ ਕਿ ਸਭ ਤੋਂ ਜ਼ਿਆਦਾ ਮਾਰਕੀਟ ਦੇ ਵਿੱਚ ਆਮ ਓਟਸ ਚੱਲਦੇ ਆ। ਆਮ ਓਟਸ ਅਗਰ ਤੁਸੀਂ ਇਹਨੂੰ ਕਣਕ ਦੇ ਨਾਲ ਮੁਕਾਬਲਾ ਕਰੋਗੇ ਤੇ ਹਾਂ, ਇਹ ਬਿਲਕੁਲ ਵਧੀਆ ਨੇ। ਠੀਕ ਹੈ, ਕਣਕ ਦੇ ਨਾਲੋਂ ਤਾਂ ਇਹਨਾਂ 'ਚ ਫਾਈਬਰ ਜ਼ਿਆਦਾ ਹੀ ਆ, ਸੋ ਇਹ ਸਾਡੇ ਬਲੱਡ ਸ਼ੂਗਰ ਨੂੰ ਸਟੇਬਲ ਰੱਖਣਗੇ। ਲੇਕਿਨ ਅਗਰ ਤੁਸੀਂ ਓਟਸ ਦੇ ਵਿੱਚ ਬੈਸਟ ਆਪਸ਼ਨ ਲੈਣਾ ਚਾਹੁੰਦੇ ਆ, ਤੇ ਕੋਸ਼ਿਸ਼ ਕਰੋ ਰੋਲਡ ਜਾਂ ਸਟੀਲ ਕੱਟ, ਯਾਨੀ ਕਿ ਜਿਹੜਾ ਪੈਕਿੰਗ ਦੇ ਵਿੱਚ ਕੁੱਕ ਨਾ ਕੀਤਾ ਹੋਵੇ। ਜਿਹੜਾ ਮਾਰਕੀਟ ਸਾਨੂੰ ਓਟਸ ਮਿਲ ਰਹੇ ਨਾ, ਇਹ ਇੱਕ ਵਾਰ ਕੁੱਕ ਕੀਤੇ ਹੁੰਦੇ ਆ, ਇਸੇ ਕਰਕੇ ਇਹ ਛੇਤੀ ਗਲ ਜਾਂਦੇ ਆ। ਜਦੋਂ ਅਸੀਂ ਇਹਨਾਂ ਦਾ ਦਲੀਆ ਬਣਾਉਂਦੇ ਆ, ਉਹ ਛੇਤੀ ਬਣ ਜਾਂਦਾ ਆ। ਠੀਕ ਹੈ। ਸੋ ਕੋਸ਼ਿਸ਼ ਕਰੋ ਵੀ ਅਗਰ ਸਾਨੂੰ ਰੋਲਡ ਓਟਸ ਜਾਂ ਸਟੀਲ ਕੱਟ ਓਟ ਮਿਲ ਜਾਣ ਤੇ ਉਹ ਜ਼ਿਆਦਾ ਬੈਟਰ ਆ। ਸੋ ਇਹ ਸਾਰੇ ਅਨਾਜ ਤੁਸੀਂ ਆਪਣੇ ਖਾਣੇ 'ਚ ਬਦਲੋ। ਕਣਕ, ਮੈਦਾ, ਸੂਜੀ, ਚਿੱਟੇ ਚਾਵਲ ਤੇ ਮੱਕੀ ਦੀਆਂ ਬਣੀਆਂ ਚੀਜ਼ਾਂ ਨੂੰ ਬੰਦ ਕਰਕੇ ਅਸੀਂ ਬਾਜਰਾ, ਜੌਂ, ਬਰਾਊਨ ਰਾਈਸ ਜਾਂ ਓਟਸ ਵਾਲੇ ਆਪਸ਼ਨ ਜਿਹੜੇ ਆ ਇਹਨਾਂ ਨੂੰ ਆਪਣੀ ਡਾਈਟ ਦੇ ਵਿੱਚ ਅਪਣਾਵਾਂਗੇ। ਤੇ ਮੈਂ ਪੂਰੇ ਭਰੋਸੇ ਨਾਲ ਤੁਹਾਨੂੰ ਦੱਸਦਾ ਵੀ ਤੁਹਾਡੇ ਬਲੱਡ ਸ਼ੂਗਰ ਲੈਵਲ, ਜਿੱਥੇ ਦੇਖੋ ਤੁਸੀਂ ਇੰਨੀ ਕਣਕ ਸਵੇਰ ਤੋਂ ਲੈ ਕੇ ਰਾਤ ਤੱਕ ਖਾ ਰਹੇ ਸੀ, ਜਦੋਂ ਤੁਸੀਂ ਉਹਨੂੰ ਬੰਦ ਕਰ ਦਿਓਗੇ ਤੇ ਉਹਦੀ ਬਜਾਏ ਤੁਸੀਂ ਬਾਜਰਾ ਖਾਣਾ ਸ਼ੁਰੂ ਕਰ ਦਿਓਗੇ ਜਾਂ ਬਾਕੀ ਜਿਹੜੇ ਕੰਪਲੈਕਸ ਕਾਰਬੋਹਾਈਡਰੇਟ ਵਾਲੇ ਗ੍ਰੇਨ ਉਹ ਖਾਣੇ ਸ਼ੁਰੂ ਕਰ ਦਿਓਗੇ, ਤਾਂ ਤੁਹਾਡੀ ਬਾਡੀ ਤੇ ਤੁਹਾਡੇ ਬਲੱਡ ਸ਼ੂਗਰ ਤੇ ਇਹਦਾ ਬਹੁਤ ਹੀ ਪੋਜ਼ਿਟਿਵ ਇਫੈਕਟ ਪਏਗਾ। ਠੀਕ ਹੈ ਜੀ। ਇਸ ਵੀਡੀਓ ਦੇ ਬਾਰੇ ਅਗਰ ਤੁਹਾਡੇ ਮਨ 'ਚ ਕੋਈ ਸਵਾਲ ਆ ਤੇ ਤੁਸੀਂ ਮੈਨੂੰ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਸਕਦੇ ਆ। ਅਗਰ ਤੁਸੀਂ ਮੇਰਾ YouTube ਚੈਨਲ ਨਹੀਂ ਲਾਈਕ ਕੀਤਾ ਤੇ ਪਲੀਜ਼ ਲਾਈਕ ਕਰੋ। ਅਗਰ Facebook ਜਾਂ Insta ਤੇ ਤੁਸੀਂ ਮੈਨੂੰ ਫੋਲੋ ਜਾਂ ਲਾਈਕ ਨਹੀਂ ਕਰਦੇ ਤਾਂ ਈਰੂ ਡਾਈਟ ਨਿਊਟ੍ਰੀਸ਼ਨ ਲਿਖ ਕੇ ਜ਼ਰੂਰ ਸਰਚ ਕਰੋ। ਅਗਰ ਵੀਡੀਓ ਅੱਛੀ ਲੱਗੀ ਹੋਵੇ ਤਾਂ ਸ਼ੇਅਰ ਕਰੋ। ਮੈਂ ਉਮੀਦ ਕਰਦਾ ਹਾਂ ਵੀ ਤੁਸੀਂ ਬਹੁਤ ਤੰਦਰੁਸਤੀ ਤੇ ਅੱਛੇ ਲਾਈਫ ਸਟਾਈਲ ਦੇ ਵਿੱਚ ਇੱਕ ਤੰਦਰੁਸਤ ਤੇ ਨਿਰੋਗ ਜੀਵਨ ਜੀ ਰਹੇ ਹੋ। ਮੈਂ ਤੁਹਾਨੂੰ ਮਿਲਾਂਗਾ ਅਗਲੀ ਵਾਰ। ਧੰਨਵਾਦ।